ਵੱਡੀ ਖਬਰ ਕੈਨੇਡਾ ਤੋਂ ਜਿੱਥੇ ਅਲਬਰਟਾ ਦੇ ਸਿੱਖ ਵਿਧਾਇਕ ਮਨਮੀਤ ਭੁੱਲਰ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਮਨਮੀਤ ਭੁੱਲਰ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨਾਲ ਸੰਬੰਧ ਰੱਖਦੇ ਸੀ। ਉਹਨਾਂ ਦੀ ਉਮਰ 35 ਸਾਲ ਸੀ। ਸੋਮਵਾਰ ਦੁਪਹਿਰ ਬਰਫ਼ਬਾਰੀ ਦੌਰਾਨ ਮਨਮੀਤ ਭੁੱਲਰ ਕੈਲਗਰੀ ਤੋਂ ਐਡਮਿੰਟਨ ਆ ਰਹੇ ਸੀ। ਅਲਬਰਟਾ ਦੇ ਹਾਈਵੇ 2 ਤੇ ਇੱਕ ਕਾਰ ਹਾਦਸੇ ਦੇ ਸ਼ਿਕਾਰ ਦੀ ਸਹਾਇਤਾ ਕਰਨ ਲਈ ਮਨਮੀਤ ਭੁੱਲਰ ਗੱਡੀ ਤੋਂ ਬਾਹਰ ਆਏ, ਜਿੱਥੇ ਇੱਕ ਸੰਤੁਲਨ ਗਵਾ ਚੁੱਕੇ ਟਰੱਕ ਨੇ ਉਹਨਾਂ ਨੂੰ ਕੁਚਲ ਦਿੱਤਾ।